ਪਾਦੀ ਸੰਦੀਪ ਨੌਜਵਾਨ ਕਬੱਡੀ ਲਾਸਟ ਕਬੱਡੀ ਹੈ ਕਹਿੰਦੇ 1500 ਦੀ ਹੈ ਜੇ ਤਾਂ ਜਫਾ ਲੱਗ ਗਿਆ ਜਾਫੀ ਦਾ ਨਹੀਂ 1500 ਕਹਿੰਦੇ ਮਹਿਮਦ ਵਾਲੀ ਹੈ ਸੰਦੀਪ ਦਾ ਲਓ ਸੰਦੀਪ ਮਹਿਮਦ ਵਾਲੀ ਹੈ ਇਸੇ ਲਈ ਕਬੱਡੀ ਪਾ ਰਿਹਾ ਸੋਨੂੰ ਟਾਲਾਂ ਵਾਲਾ ਗੁਰਮੇਲ ਸਿੰਘ ਜੀ ਮੇਲੋ ਕੀ ਇਸ਼ਾਰਾ ਕਰਦੇ ਆ ਇਸ ਪੁਆਇੰਟ ਦਾ 1500 ਲੱਗਿਆ ਹੋਇਆ ਮੇਰੇ ਵੀਰੋ ਪੁਆਇੰਟ ਕਹਿੰਦੇ ਸੰਦੀਪ ਦੇ ਇਸੇ ਜੁੜਦਾ ਹੋਇਆ ਪੁਆਇੰਟ ਇਸ ਲਈ ਕਹਿੰਦੇ ਸੰਦੀਪ ਮਹਿਮਦ ਵਾਲੀ ਨੇ ਜੋੜ ਦਿੱਤਾ ਹੈ 1500 ਸੰਦੀਪ ਤੱਕ ਹੀ ਮਾਇਆ ਦੇ ਗੱਫੇ ਹਲੋ ਕਰ ਦਿੱਤੇ ਜਾਣ ਇੱਕ ਹੋਰ ਵਧੀਆ ਗੱਲ ਆਈ ਹੈ ਰੇਡਰਾਂ ਵਾਸਤੇ ਜਾਫੀ ਵਾਸਤੇ ਸਾਡੇ ਹਰਨੂਰ ਸੀਮੈਂਟ ਸਟੋਰ ਵਾਲੇ ਜਿਨ੍ਹਾਂ ਨੇ ਆਹ ਜਗ੍ਹਾ ਕਬੱਡੀ ਕਰਾਉਣ ਵਾਸਤੇ ਦਿੱਤੀ ਹੈ ਕੱਪ ਕਰਵਾਉਣ ਵਾਸਤੇ ਦਿੱਤੀ ਹੈ ਸਰਦਾਰ ਜਗਤਾਰ ਸਿੰਘ ਜੀ ਢਿੱਲੋਂ ਸਾਹਿਬ ਬੈਸਟ ਰੇਡਰ ਤੇ ਬੈਸਟ ਜਾਫੀ ਵਾਸਤੇ ਨਾਲ 2100 ਵੀ ਰੁਪਈਆ ਆ ਗਿਆ ਜਗਰੂਪ ਬਾਈ ਜੀ ਕੋ ਆ ਮੈਂ ਸਰਦਾਰ ਜਗਤਾਰ ਸਿੰਘ ਜੀ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਰੱਖਦਾ ਕਮੇਟੀ ਵੱਲੋਂ ਜਿਨ੍ਹਾਂ ਨੇ ਸਾਨੂੰ ਕਬੱਡੀ ਕੱਪ ਕਰਵਾਉਣ ਵਾਸਤੇ ਇਹ ਜਗ੍ਹਾ ਦਾ ਮਾਣ ਦਿੱਤਾ ਹੈ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਵਾਸਤੇ 2100 ਰੁਪਈਆ ਥੈਂਕ ਯੂ ਲਓ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਦਾ ਉਹ ਵੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੈ ਲਓ ਸਾਹਮਣੇ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਜ਼ਿਲ੍ਹੇ ਲੁਧਿਆਣੇ ਦਾ ਗੱਭਰੂ ਤੇ ਰਾਣਾ ਮਹਿਮਦ ਵਾਲੀ ਹੈ ਜ਼ਿਲ੍ਹੇ ਕਪੂਰਥਲੇ ਦੀ ਗੱਲ ਹੁੰਦੀ ਹੈ ਲਓ ਲਾਡੀ ਉਟਾਲਾ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਉਟਾਲਾ ਪਿੰਡ ਦਾ ਲਾਡੀ ਵਾਧਾ ਹੋਇਆ ਉਧਰ ਧੀਰੇ ਨਜ਼ਰ ਹੋਣੀ ਕਹਿੰਦੇ ਆਪਣੇ ਸਾਥੀਆਂ ਦੇ ਨਾਲ ਕਬੱਡੀ 365.com ਤੇ ਲਾਈਵ ਆਨੰਦ ਮਾਰ ਰਿਹਾ ਬਰਮੀ ਕੈਂਪ ਤੋਂ ਨਿੰਦੀ ਔਜਲਾ ਜੀ ਕਹਿੰਦੇ ਆਨੰਦ ਮਾਰ ਰਿਹਾ ਸਾਹਮਣੇ ਸ਼ੇਰਾ ਤੇ ਲਾਡੀ ਤੋਂ ਬੱਬਰ ਸ਼ੇਰ ਕਬੱਡੀ ਦੇ ਲਓ ਦੇਖਣਾ ਵੀ ਹੰਦਿਆਂ ਦੇ ਦਰਮਿਆਨ ਲੱਗਿਆ ਪਿਆ ਜ਼ੋਰ ਤੇ ਪੁਆਇੰਟ ਤਾੜੀਆਂ ਮਾਰ ਲਓ ਲਾਡੀ ਉਟਾਲਾ ਵਾਲੇ ਨੇ ਕਹਿੰਦੇ ਮਾਲਵਾ ਕਬੱਡੀ ਕਲੱਬ ਸਮਰਾਲੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ ਲਓ ਅਗਲੀ ਰੇਡ ਵਾਟਰਵੇ ਹੋ ਚੁੱਕੀ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਰਾਇਲ ਕਿੰਗ ਕਬੱਡੀ ਕਲੱਬ ਯੂਐਸਏ ਦੋਨੋਂ ਟੀਮਾਂ ਪਲੀਜ਼ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਰਾਇਲ ਕਿੰਗ ਕਬੱਡੀ ਕਲੱਬ ਅਗਲਾ ਮੈਚ ਰੁੜਕਾ ਕਲੱਬ ਤੇ ਰਾਇਲ ਕਿੰਗ ਯੂਐਸਏ ਦੇ ਵਿਚਕਾਰ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਨੂੰ ਵਿਜਾਰਸ ਹੈ ਕਿ ਖੇਡ ਮੈਦਾਨ 'ਚ ਰਿਪੋਰਟ ਕਰਨ ਅਸੀਂ ਬਹੁਤ ਬਹੁਤ ਧੰਨਵਾਦ ਆਖਦੇ ਮਨਜਿੰਦਰ ਸਿੰਘ ਜੀ ਢਿੱਲੋਂ ਸਾਹਿਬ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਹਰਜਿੰਦਰਜੀਤ ਸਿੰਘ ਜੀ ਸਿੱਧੂ ਸਾਹਿਬ ਕੌਂਸਲਰ ਭੋਗਪੁਰ ਪਹੁੰਚੇ ਆ ਬੱਬੂ ਸਿੰਘਾਂ ਤੋਂ ਪਹੁੰਚੇ ਹੈ ਔਰ ਸਿੰਘਾਂ ਤੋਂ ਬੱਬੂ ਸਿੰਘਾਂ ਤੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਤੇ ਮੈਕ ਤੇ ਸਾਡਾ ਅਰਪਿੰਦਰ ਜਲਾਲ ਤੇ ਅਮਨ ਲੋਪੋ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਫਿਰ ਤੋਂ ਬੇਨਤੀ ਹੈ ਪਲੀਜ਼ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਣ ਸਰਦਾਰ ਸਰਵਣ ਸਿੰਘ ਜੀ ਫਲੌਰ ਦਮਨਵੀਰ ਸਿੰਘ ਜੀ ਫਲੌਰ ਤੇਂਦਰ ਨਿੱਜਰ ਧੀਰਾ ਨਿੱਜਰ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੰਮਾ ਜੀ ਸਾਡੇ ਉਹ ਵੀ ਵਿਸ਼ੇਸ਼ ਤੌਰ ਤੇ ਯੂਐਸਏ ਤੋਂ ਪੁੱਜੇ ਹੋਏ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਪੰਮੇ ਲਿੱਦੜ ਉਹਨਾਂ ਦਾ ਮੇਰੇ ਵੀਰੋ ਲਾਲੀ ਹੋਣੀ ਹੈਪੀ ਹੋਣੀ ਸਾਰੇ ਵੀਰ ਧੀਰੇ ਨਿੱਜਰ ਦੇ ਸਾਥੀ ਵੱਡਾ ਮੇਲਾ ਕਰਵਾਉਂਦੇ ਹੈ ਅੱਜ ਦਾ ਮੇਲਾ ਵੀ ਕਹਿੰਦੇ ਮੇਨ ਸਪੌਂਸਰਾਂ ਦੇ ਵਿੱਚੋਂ ਇੱਕ ਨੇ ਗੁਰਦਿਆਲ ਸਿੰਘ ਜੀ ਪੱਡਾ ਤੇ ਨਾਲ ਧੀਰੇ ਨਿੱਜਰ ਉਹਨਾਂ ਦਾ ਲਓ ਜੋਤਾ ਨੌਜਵਾਨ ਆਪਣੀ ਟੀਮ ਦੇ ਇਸੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਮਨਜੋਤ ਦੀ ਮੇਰੇ ਵੀਰੋ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਮਨਜੋਤ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਆਵਾਮ ਦਾ ਸੰਦੀਪ ਗੋਪੀ ਸ਼ੇਰਾ ਤੇ ਯਾਦਾ ਸੁਰਖਪੁਰੀਆ ਤੇ ਪੁਆਇੰਟ ਕਹਿੰਦੇ ਇਸ ਲਈ ਮਨਜੋਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਰਾਣਾ ਤਿਆਰ ਹੈ ਪਹਿਲਾ ਸੈਮੀਫਾਈਨਲ ਮੈਚ ਪਹਿਲੇ ਗੋਲਡ ਕਬੱਡੀ ਕੱਪ ਦਾ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਕਰਤਾਰਪੁਰ ਜਲੰਧਰ ਵੱਲੋਂ ਵਿਸਾਖੀ ਦੇ ਦਿਹਾੜੇ ਤੇ ਮੇਰੇ ਵੀਰੋ ਇਹ ਕਬੱਡੀ ਕੱਪ ਹੋ ਰਿਹਾ ਹੈ ਵਿਸਾਖੀ ਜਿੱਥੇ ਕਹਿੰਦੇ ਪੰਜਾਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਉੱਥੇ ਕਹਿੰਦੇ ਪੰਜਾਬੀਆਂ ਨੂੰ ਵੱਡਾ ਮਾਣ ਪ੍ਰਾਪਤ ਹੋਇਆ ਹੈ ਲਓ ਪੰਜਾਬੀਆਂ ਨੂੰ ਕਹਿੰਦੇ ਵੱਡਾ ਮਾਣ ਪ੍ਰਾਪਤ ਹੋਇਆ ਹੈ ਇਹ ਸਵਾ ਲਓ ਅਗਲੀ ਰੇਡ ਕਹਿੰਦੇ ਰਾਜੂ ਇਸ ਲਈ ਕੋਟਲਾ ਭੜੀ ਵਾਲਾ ਸਿੱਖ ਸਰਦਾਰ ਗੱਭਰੂ ਚਾਰ ਜਾਫੀਆਂ ਵਿੱਚੋਂ ਦੇਖਦਾ ਵੀ ਹੁਣ ਨੌਜਵਾਨ ਕਹਿੰਦੇ ਸ਼ੇਰੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਰਾਜੂ ਕੋਟਲਾ ਭੜੀ ਦਾ ਮਾਲਵਾ ਕਬੱਡੀ ਕਲੱਬ ਸਮਰਾਲੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਜੋਤੇ ਦੇ ਹਿੱਸੇ ਆਈ ਹੈ ਮੇਰੇ ਵੀਰੋ ਜੋਤਾ ਨੌਜਵਾਨ ਸਭਰਾਵਾਂ ਵਾਲਾ ਜੋਤਾ ਆਪਣੇ ਜਵਾਨੀ ਦੇ ਪਹਿਰ ਦੇ ਵਿੱਚ ਤਕੜਾ ਖੇਡਿਆ ਉਹਦੀਆਂ ਗੱਲਾਂ ਹੋਈਆਂ ਦੁਨੀਆਂ ਦੇ ਵਿੱਚ ਆਹ ਜੋਤਾ ਮਹਿਮਦ ਵਾਲੀ ਹੈ ਇਸ ਲਈ ਕਬੱਡੀ ਪਾਉਂਦਾ ਹੋਇਆ
ਚਾਰ ਜਾਫੀਆਂ ਵਿੱਚੋਂ ਕਹਿੰਦੇ ਇਸ ਵੇਲੇ ਝਾੜ ਸਾਹਿਬ ਵਾਲਾ ਬਾਵੇ ਜੋਤਿਆ ਨਹੀਂ ਉੜੀਸਾ ਤੇਰੀ ਹੈ ਪੁਆਇੰਟ ਜੋਤੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਮਨ ਮਕੰਦਪੁਰੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਅਮਨ ਦੀ ਰੇਡ ਟੀਮਾਂ ਨੂੰ ਮੇਰੀ ਫਿਰ ਤੋਂ ਬੇਨਤੀ ਹੈ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਨਾਲ ਰਾਇਲ ਕਿੰਗ ਕਬੱਡੀ ਕਲੱਬ ਯੂਐਸਏ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਰਾਇਲ ਕਿੰਗ ਕਬੱਡੀ ਕਲੱਬ ਯੂਐਸਏ ਟੋਨੀ ਸੰਧੂ ਹੋਣੀ ਸਾਡੇ ਵੀਰ ਰੁੜਕੇ ਵਾਲੇ ਉਹ ਵੀ ਪੁੱਜੇ ਹੋਏ ਉਹਨਾਂ ਦਾ ਵੀ ਧੰਨਵਾਦ ਹੈ ਕਹਿੰਦੇ ਉਹਨਾਂ ਦਾ ਆਪਣੀ ਟੀਮ ਨੂੰ ਲੈ ਕੇ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਲਓ ਸੰਦੀਪ ਮਹਿਮਦ ਵਾਲੀ ਆ ਕਬੱਡੀ ਪਾ ਰਿਹਾ ਸੰਦੀਪ ਮਹਿਮਦ ਵਾਲੀ ਇਹਦੀ ਕਹਿੰਦੇ ਰੇਡ ਪੈ ਰਹੀ ਹੈ ਚਾਰ ਜਾਫੀਆਂ ਵਿੱਚੋਂ ਹੁਣ ਦੇਖਦਾ ਵੀ ਹਰਦੀਪ ਦੇ ਨਾਲ ਮੁਕਾਬਲਾ ਹੈ ਰੌਣੀ ਵਾਲੇ ਦੇ ਨਾਲ ਤੇ ਪੁਆਇੰਟ ਸੰਦੀਪ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਸੁੱਖੇ ਗਾਖਲ ਹੋਣੀ ਸਾਡੇ ਵੀਰ 500 ਰੁਪਇਆ ਕਹਿੰਦੇ ਸੰਦੀਪ ਦੇ ਲਈ ਪੁੱਜਦਾ ਕਰਦੇ ਆ ਜਿੰਨੇ ਜੱਫੇ ਲਾਉਣਗੇ ਹਰ ਇੱਕ ਜੱਫੇ ਦਾ ਸੁੱਖੇ ਗਾਖਲ ਵੱਲੋਂ 500 ਦੇ ਨਾਲ ਮਾਨ ਸਨਮਾਨ ਹੋਵੇਗਾ ਗੁਰਮੀਤ ਸਿੰਘ ਜੀ ਦਿੱਲੀ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤਾਂ ਸਾਹਮਣੇ ਪਈ ਹੋਈ ਨੌਜਵਾਨ ਦੀ ਰੇਡ ਤੇ ਹੁਣ 4 ਜਾਫੀਆਂ ਵਿੱਚੋਂ ਕਿਹੜਾ ਜਾਫੀ ਲਾ ਕੇ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੈ ਇਹ ਹੈ ਅਵਾਨ ਪਿੰਡ ਦਾ ਅੰਬਰ ਸਰੀਆ ਸੰਦੀਪ ਜਿਹਨੂੰ ਸੰਦੀਪ ਲੰਮੇ ਦੇ ਨਾਂ ਦੇ ਨਾਲ ਵੀ ਦਰਸ਼ਕ ਜਾਣਦੇ ਆ ਮੇਰੇ ਵੀਰੋ ਲਓ ਸੰਦੀਪ ਇਸ ਵੇਲੇ ਲੱਗਿਆ ਪਿਆ ਜ਼ੋਰ ਦੋਨੋਂ ਖਿਡਾਰੀਆਂ ਦਾ ਇਸ਼ਾਰਾ ਕੀ ਹੁੰਦਾ ਵੀ ਸਮਾਂ ਬੀਤ ਗਿਆ ਸੰਦੀਪ ਅਵਾਨ ਵਾਲੇ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਰੇਡ ਕਹਿੰਦੇ ਨੌਜਵਾਨ ਇਹ ਹੈ ਜੋਤਾ ਮਹਿਮਦ ਵਾਲੀ ਆ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਜੋਤੇ ਮਹਿਮਦ ਵਾਲੀ ਇਹਦੀ ਕਬੱਡੀ ਪੈ ਰਹੀ ਹੈ ਹੁਣ ਚਾਰ ਤਿਆਰ ਨੇ ਮਾਲਵਾ ਕਬੱਡੀ ਕਲੱਬ ਸਮਰਾਲੇ ਦੇ ਕੋਚ ਹਰਵੰਤ ਸਿੰਘ ਉਹਨਾਂ ਦੇ ਚੰਡੇ ਹੋਏ ਖਿਡਾਰੀ ਲਓ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਭਰਦਾ ਹੋਇਆ ਪਗੜਾ ਲੱਗਿਆ ਪਿਆ ਜ਼ੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਲਓ ਪਈ ਹੋਈ ਟੱਕਰ ਦੋਨੋਂ ਗੱਭਰੂਆਂ ਦੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੋਤ ਨੇ ਕਹਿੰਦੇ ਤਗੜਾ ਜਫਾ ਲਾ ਕੇ ਮਾਲਵਾ ਕਬੱਡੀ ਕਲੱਬ ਸਮਰਾਲੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਰਾਜੂ ਕੋਟਲਾ ਭੜੀ ਵਾਲਾ ਇਸ ਲਈ ਤਿਆਰ ਹੈ ਰਾਜੂ ਕੋਟਲਾ ਭੜੀ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸੁਖਵਿੰਦਰ ਸਿੰਘ ਜੀ ਸੁੱਖੀ ਵਰਾੜ ਭਾਗੀਕੇ ਵਾਲੇ ਜਨਰਲ ਸਕੱਤਰ ਨੇ ਕਹਿੰਦੇ ਇਸ ਫੈਡਰੇਸ਼ਨ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਗੋਪੀ ਮੇਰੇ ਵੀਰੋ ਅਵਾਨ ਪਿੰਡ ਦਾ ਗੋਪੀ ਤੇ ਪੁਆਇੰਟ ਰਾਜੂ ਕੋਟਲਾ ਭੜੀ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰਾਣਾ ਮਹਿਮਦ ਵਾਲੀ ਆ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਈ ਹੋਈ ਰੇਡ ਤੇ ਚਾਰ ਜਾਫੀਆਂ ਵਿੱਚੋਂ ਹੁਣ ਸਮਰਾਲੇ ਦੀ ਟੀਮ ਦਾ ਗੱਭਰੂ ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਰਾਇਲ ਕਿੰਗ ਕਬੱਡੀ ਕਲੱਬ ਯੂਐਸਏ ਅਮਨ ਇਹ ਬੈਸਟ ਰੇਡਰ ਤੇ ਬੈਸਟ ਜਾਫੀ ਵਾਸਤੇ ਦੇਸੀ ਘਿਓ ਦੇ ਪੀਪੇ ਵੀ ਆ ਗਏ ਆ ਕਿਉਂ ਨਾ ਫਿਰ ਵਧੀਆ ਜੱਫੇ ਲੱਗਣਗੇ ਤੇ ਵਧੀਆ ਕਬੱਡੀਆਂ ਪੈਣਗੀਆਂ ਸਾਡੇ ਇਕਬਾਲ ਸਿੰਘ ਜੀ ਰਾਏ ਸਾਹਿਬ ਮੰਗੇ ਕੀ ਸਨ ਬਲਵਿੰਦਰ ਸਿੰਘ ਜੀ ਪ੍ਰਧਾਨ ਕੋਆਪਰੇਟ ਸਟੇਟ ਬੈਂਕ ਮੰਗੇ ਕੀ ਉਹਨਾਂ ਵੱਲੋਂ ਬੈਸਟ ਰੇਡਰ ਤੇ ਬੈਸਟ ਜਾਫੀ ਵਾਸਤੇ ਦੇਸੀ ਘਿਓ ਦੇ ਪੀਪੇ ਦਿੱਤੇ ਜਾ ਰਹੇ ਆ ਓਵਟਮੈਕ ਆਪਣੇ ਅਮਨ ਲੁਪ ਉਧਰ ਕਹਿੰਦੇ ਦੇਸੀ ਘਿਓ ਦੇ ਟੀਮ ਤੇ ਕਹਿੰਦੇ ਜਫਾ ਜਾਦੇ ਦਾ ਬਾਹੋ ਜਾਦੇ ਹੈ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਨੇ ਜਿਹੜੇ ਜਾਦੇ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀ ਜ਼ੋਰਦਾਰ ਮਾਰਨਗੇ ਮਾਣ ਹੈ ਖੇਡ ਕਬੱਡੀ ਦਾ ਲਓ ਸੰਦੀਪ ਮਹਿਮਦ ਵਾਲੀ ਆ ਇਸ ਵੇਲੇ ਕਬੱਡੀ ਪਾ ਰਿਹਾ ਟੀਮਾਂ ਨੂੰ ਮੇਰੀ ਬੇਨਤੀ ਹੈ ਚੱਠਾ ਸਾਹਿਬ ਵੱਲੋਂ ਹੁਕਮ ਹੈ ਦੋਨੋਂ ਟੀਮਾਂ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਣ ਸੰਦੀਪ ਤੇ ਕਹਿੰਦੇ ਸੋਨੂ ਪੁਆਇੰਟ ਮਹਿਮਦ ਵਾਲੀਏ ਸੰਦੀਪ ਨੇ ਸੁਰਖਪੁਰ ਦੀ ਟੀਮ ਦੇ ਲਈ ਜ਼ੋਰ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਰਾਜੂ ਕੋਟਲਾ ਭੜੀ ਵਾਲਾ ਨੌਜਵਾਨ ਤਿਆਰ ਹੈ ਕੋਟਲਾ ਭੜੀ ਦਾ ਕਹਿੰਦੇ ਰਾਜੂ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਉੱਚਾ ਲੰਮਾ ਕੱਦ ਹੈ ਸਿੱਖ ਸਰਦਾਰ ਗੱਭਰੂ ਇਸ ਵੇਲੇ ਧਾਵਾ ਬੋਲ ਰਿਹਾ ਹੈ ਮਾਲਵਾ ਕਬੱਡੀ ਕਲੱਬ ਸਮਰਾਲੇ ਦੀ ਟੀਮ ਵੱਲੋਂ ਉਧਰ ਚਾਰ ਜਾਫੀਆਂ ਵਿੱਚੋਂ ਬਾਊ ਆਲਖ ਨੇ ਕੀ ਇਸ਼ਾਰਾ ਕੀਤਾ ਹੈ ਪੁਆਇੰਟ ਬਾਊ ਜੀ ਪੁਆਇੰਟ ਕਿਹਦਾ ਹੈ ਰੇਡਰ ਦਾ ਸਾਡੇ ਪੰਮਾ ਲੱਦੜ ਜੀ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੈ ਧੀਰਾ ਨਿਜਰ ਦਾ ਵਾਰ ਵਾਰ ਫੋਨ ਆ ਰਿਹਾ ਮੁਬਾਰਕਾਂ ਦੇ ਰਹੇ ਹੈ ਅਮਰੀਕਾ ਤੋਂ ਸਰਦਾਰ ਗੁਰਬਖਸ਼ ਸਿੰਘ ਜੀ ਨਿਜਰ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਕਬੱਡੀ ਕੱਪ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਸਰਦਾਰ ਇਹ ਇਕਬਾਲ ਸਿੰਘ ਜੀ ਰਾਏ ਸਾਹਿਬ ਦਾ ਤੇ ਸਾਡੇ ਬਾਈ ਮਨੀ ਤੇ ਗਗਨਦੀਪ ਚੁਕਰਾਲੇ ਵਾਲਿਆਂ ਦਾ ਤੇ ਸਰਪੰਚ ਬਲਦੇਵ ਸਿੰਘ ਜੀ
ਔਰ ਸਾਡੇ ਸਤਿਕਾਰਯੋਗ ਹਰਨਾਮ ਸਿੰਘ ਜੀ ਦਾ ਚੱਕਰਾਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਮੰਗਲ ਸਿੰਘ ਜੀ ਸਰਪੰਚ ਸਾਹਿਬ ਦਾ ਸੰਗਲ ਸੋਲ ਦਾ ਤੇ ਸਮੂਹ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਵੀਨ ਸ਼ਰਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਤੇ ਕਿਹੜੇ ਦਿਨ ਆਊਗਾ ਜੀ ਇਹ ਵੀ ਸਾਨੂੰ ਜ਼ਰੂਰ ਦੱਸ ਦਿਓ ਹਾਂਜੀ ਹਾਂਜੀ ਇਹ ਜੀ ਡੀਡੀ ਪੰਜਾਬੀ ਤੇ ਮੰਗਲਵਾਰ 9:30 ਖਬਰਾਂ ਤੋਂ ਬਾਅਦ 9:30 ਵਾਲੀਆਂ ਖਬਰਾਂ ਤੋਂ ਬਾਅਦ ਕਹਿੰਦੇ ਕਰਤਾਰਪੁਰ ਦੇ ਇਸ ਕਬੱਡੀ ਕੱਪ ਦੀਆਂ ਜਿਹੜੀਆਂ ਮੁੱਖ ਝਲਕੀਆਂ ਉਹ ਡੀਡੀ ਪੰਜਾਬੀ ਚੈਨਲ ਤੇ ਦਿਖਾਈਆਂ ਜਾਣਗੀਆਂ ਫਿਰ ਬੁੱਧਵਾਰ ਨੂੰ ਜੀ ਸ਼ਾਮ ਨੂੰ ਰਾਤ 10:30 29 ਪੁਆਇੰਟ ਨੇ ਸੁਰਖਪੁਰ ਦੀ ਟੀਮ ਦੇ ਮਾਲਵਾ ਕਬੱਡੀ ਕਲੱਬ ਸਮਰਾਲਾ ਦੇ ਪੁਆਇੰਟ 36 ਤਾੜੀਆਂ ਜ਼ੋਰਦਾਰ ਮਾਰ ਦਿਓ ਮਾਲਵਾ ਸਮਰਾਲੇ ਦੀ ਟੀਮ 2 ਮਿੰਟ ਦਾ ਸਮਾਂ ਰਾਇਲ ਕਿੰਗ USA ਤੇ ਰੁੜਕਾ ਕਲਾਂ 2 ਮਿੰਟ ਦਾ ਟਾਈਮ ਦੋਨੋਂ ਟੀਮਾਂ ਨੂੰ 2 ਮਿੰਟ ਤੋਂ ਬਾਅਦ ਜਿਹੜਾ ਜੁਰਮਾਨਾ ਸ਼ੀਰੇ ਹੁਣੀ ਆ ਗਏ ਹੈ ਰੁੜਕੇ ਦੀ ਟੀਮ ਆ ਗਈ ਹੈ ਰੁਪਿੰਦਰ ਕਲੀਅਰ ਸਾਹਿਬ ਮਾਈਕ ਤੁਹਾਡੇ ਹਵਾਲੇ ਆ ਮੈਚ ਤੋਂ ਪਹਿਲਾਂ ਜੋ ਸਨਮਾਨ ਹੈ ਕਰਨਾ ਤੁਸੀਂ ਕਰ ਦਿਓ ਹੈਂਡੀਕੈਪਟ ਹੈ ਪੈਰ ਹੈ ਨਹੀਂ ਗੇ ਪਰ ਕਹਿੰਦਾ ਮੈਂ ਅੱਜ ਕਰਤਾਰਪੁਰ ਗੁਰੂ ਦੇ ਨਗਰ ਵਿੱਚ ਆਇਆ ਤੇ ਗੇੜਾ ਲਾਉਣਾ ਹੈ ਇਹਦੇ ਨਾਂ ਤੇ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਲਾ ਵੀ ਬੇਟਾ ਰੇਸ ਬਹੁਤ ਬਹੁਤ ਧੰਨਵਾਦ ਸਰਦਾਰ ਸਰਵਨ ਸਿੰਘ ਜੀ ਫਲੌਰ ਸਾਹਿਬ ਦਾ ਸਰਦਾਰ ਦਮਨਵੀਰ ਸਿੰਘ ਜੀ ਫਲੌਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਸਰਦਾਰ ਤੇਜਿੰਦਰ ਸਿੰਘ ਜੀ ਨਿੱਜਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਔਰ ਸਰਦਾਰ ਗੁਰਜਿੰਦਰ ਸਿੰਘ ਜੀ ਭਤੀਜਾ ਜੀ ਚੇਅਰਮੈਨ ਮਾਰਕੀਟ ਕਮੇਟੀ ਔਰ ਜਲੰਧਰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਲਾਂਦੜਾ ਪੰਮਾ ਸਾਡਾ ਵੀਰ ਲੱਦੜ ਜੀ ਜੋ ਕਿ USA ਤੋਂ ਪਹੁੰਚੇ ਆ ਤੇ ਸਰਦਾਰ ਜਗਰੂਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਬਚਨ ਸਿੰਘ ਜੀ ਕੋਟਲੀ ਔਰ ਸਾਡੇ ਜਸਵੰਤ ਸਿੰਘ ਜੀ ਪੱਪੂ ਗਾਖਲ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਬਾਈਆ ਜੀ ਤੇ ਜਿਨ੍ਹਾਂ ਨੇ ਗੁਰੂ ਕੇ ਲੰਗਰ ਵੀ ਅੱਜ ਲਵਾਏ ਆ ਔਰ 2017 ਚ ਬੋਲਟ ਮੋਟਰਸਾਈਕਲ ਜੋ ਦਿੱਤੇ ਜਾ ਰਹੇ ਆ ਗੁਰਦੀਪ ਸਿੰਘ ਜੀ ਬਾਈਆ ਸਾਹਿਬ ਵੱਲੋਂ ਦਿੱਤੇ ਜਾ ਰਹੇ ਆ ਔਰ ਕਾਲੇ ਨਾਗਰੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਤੇਜਿੰਦਰ ਸਿੰਘ ਨਿੱਜਰ ਦੇ ਬਾਈ ਹੈ ਔਰ ਸਾਡੇ ਸਤਿਕਾਰਯੋਗ ਮਾਨਯੋਗ ਔਰ ਸਰਦਾਰ ਸਰਜੀਤ ਸਿੰਘ ਜੀ ਸਾਡੇ ਪਰਮਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਵੱਲੋਂ ਇਹ 1,51,000 ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ ਗੁਰਬਖਸ਼ ਜੀ ਨਿੱਜਰ ਧੀਰਾ ਨਿੱਜਰ ਜੀ ਤੇਜਿੰਦਰ ਨਿੱਜਰ ਜੀ ਔਰ ਗੁਰਦਿਆਲ ਸਿੰਘ ਜੀ ਪੱਡਾ ਸਾਹਿਬ ਬਲਜੀਤ ਸਿੰਘ ਜੀ ਪੱਡਾ ਸਾਹਿਬ ਤੇ ਕਰਮਜੀਤ ਸਿੰਘ ਜੀ ਪੱਡਾ ਤੇ ਬਖਤਿਆਰ ਸਿੰਘ ਜੀ ਪੱਡਾ ਸਾਹਿਬ ਵੱਲੋਂ ਇਹ 1,51,000 ਰੁਪਏ ਦਾ ਇਹ ਫਸਟ ਪ੍ਰਾਈਜ਼ ਦਿੱਤਾ ਜਾ ਰਿਹਾ ਤੇ 1,01,000 ਰੁਪਇਆ ਸਾਡੇ ਗੁਰਜਿੰਦਰ ਸਿੰਘ ਜੀ ਭਤੀਜਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਵੱਲੋਂ ਦਿੱਤਾ ਜਾ ਰਿਹਾ ਤੇ ਦੇਸੀ ਘਿਓ ਦੇ 2 ਪੀਪੇ ਸਾਡੇ ਇਕਬਾਲ ਸਿੰਘ ਜੀ ਮਾਂਗੇਕੀ ਵੱਲੋਂ ਦਿੱਤੇ ਜਾ ਰਹੇ ਆ ਔਰ ਮਾਣ ਹੈ ਸਾਨੂੰ ਸਾਡੇ ਸਤਿਕਾਰਯੋਗ ਬਾਈ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਅੱਜ ਜ਼ਮੀਨ ਦਿੱਤੀ ਹੈ ਕਬੱਡੀ ਕੱਪ ਕਰਵਾਉਣ ਵਾਸਤੇ ਤੇ ਬੈਟ ਰੇਡਰ ਤੇ ਬੈਟ ਜਾਫੀ ਵਾਸਤੇ 2100 ਰੁਪਇਆ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਤੇ 1100 ਰੁਪਇਆ ਮੇਰਾ ਬਾਈ ਡੀਜੇ ਵਾਲਾ ਰਮਨ ਡੀਜੇ ਵਾਲਾ ਕਰਤਾਰਪੁਰੀਆ ਓਵਰ ਟੂ ਮੈਕ ਅਰਪਿੰਦਰ ਜਲਾਲ ਜੀ ਹਾਂਜੀ ਅਰਪਿੰਦਰ ਆ ਵੀ ਫੜ ਲਈ ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਫਲੌਰ ਸਾਹਿਬ ਦੇ ਪੀਰ ਸਾਹਿਬ ਬਲਵੀਰ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਆਖਦੇ ਹੈ ਜਿਹਨਾਂ ਨੇ ਪਹਿਲਵਾਨੀ ਵੀ ਕੀਤੀ ਹੈ ਬਲਵੀਰ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਆਖਦੇ ਹੈ ਸਾਡੇ SHO ਸਾਹਿਬ ਸਰਦਾਰ ਸੁਖਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਤਿਕਾਰਯੋਗ ਖੇਡ ਪ੍ਰਮੋਟਰਾਂ ਦਾ ਗੁਰਮੀਤ ਦਿੱਲੀ ਦਾ ਜਿਹਨਾਂ ਨੇ ਕਬੱਡੀ ਅੱਜ ਜੀਂਦੀ ਰੱਖੀ ਹੈ ਅਸੀਂ ਗੁਰਮੀਤ ਦਿੱਲੀ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਸਭ ਤੋਂ ਪਹਿਲਾਂ ਕਪੂਥਲੇ ਦੀ ਧਰਤੀ ਤੇ ਜੇ ਮੋਟਰਸਾਈਕਲ ਦਿੱਤੇ ਆ ਤੇ ਗੁਰਮੀਤ ਦਿੱਲੀ ਨੇ ਦਿੱਤੇ ਆ ਜੇ ਗੱਡੀਆਂ ਦਿੱਤੀਆਂ ਤੇ ਸਾਡੇ ਗੁਰਮੀਤ ਦਿੱਲੀ ਨੇ ਦਿੱਤੀਆਂ ਔਰ ਸਾਡੇ ਸਤਿਕਾਰਯੋਗ ਨਿੱਜਰ ਸਾਹਿਬ ਦਾ ਗੁਰਬਖਸ਼ ਨਿੱਜਰ ਜੀ ਦਾ ਸਾਡੇ ਪਿਤਾ ਜੀ ਦਾ
ਤੇ ਸਾਡੇ ਪੰਮਾ ਲੱਦੜ ਦਾ ਬਹੁਤ ਬਹੁਤ ਧੰਨਵਾਦ। ਸਾਡੇ ਧੀਰੇ ਨਿੱਜਰ ਦੇ ਰਿਲੇਟਿਵ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ। ਸਰਦਾਰ ਗੁਰਦਿਆਲ ਸਿੰਘ ਜੀ ਪੱਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਅਮਨ ਲੋਪੋ ਜੀ, ਅੱਜ ਦੇ ਦਿਨ ਦਾ ਦੂਸਰਾ ਸੈਮੀਫਾਈਨਲ ਮੈਚ ਹੈ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਹੈਲੋ, ਇੱਕ ਪਾਸੇ ਕਹਿੰਦੇ ਟੀਮ ਹੈ ਜਿਹੜੀ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਦੀ ਟੀਮ ਹੈ ਮੇਰੇ ਵੀਰੇ, ਦੂਸਰੇ ਪਾਸੇ ਕਹਿੰਦੇ ਰਾਇਲ ਕਿੰਗ ਯੂ ਐਸ ਏ, ਦੋਨੋਂ ਟੀਮਾਂ ਕਹਿੰਦੇ ਸਿਰੇ ਦੀਆਂ। ਇਸ ਸਾਲ ਨਵੀਆਂ ਟੀਮਾਂ ਜਿਹੜੀਆਂ ਹੋਣ ਦੇ ਵਿੱਚ ਆਈਆਂ ਤੇ ਵੇਖਦਾ ਵੀ ਪਹਿਲੇ ਮੈਚ ਦੌਰਾਨ ਮੇਰੇ ਵੀਰੇ ਰਾਇਲ ਕਿੰਗ ਨੇ ਦਿੜਵੇ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ, ਔਰ ਰੁੜਕੇ ਨੇ ਕਹਿੰਦੇ ਗੁਰਦਾਸਪੁਰ ਦੀ ਸਟਰੋਂਗ ਟੀਮ ਨੂੰ ਹਰਾ ਕੇ ਮੇਰੇ ਵੀਰੋ ਆਪਣੀ ਜਗ੍ਹਾ ਜਿਹੜੀ ਉਹ ਸੈਮੀਫਾਈਨਲ ਦੇ ਵਿੱਚ ਬਣਾਈ ਹੈ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਵੀ ਮੈਚ ਵੀ ਸਿਰੇ ਦੇ ਖੇਡੇ ਗਏ, ਇਕੱਠ ਵੀ ਬਹੁਤ ਹੈ, ਤੇ ਸਰਦਾਰ ਸਰਵਣ ਸਿੰਘ ਜੀ ਫਲੌਰ ਸਾਹਿਬ ਦੀ ਜਿਹੜੀ ਹਾਜ਼ਰੀ ਹੈ ਉਹ ਸਵੇਰ ਤੋਂ ਲੈ ਕੇ ਮੇਰੇ ਵੀਰੋ ਭਰਵੀਂ ਹਾਜ਼ਰੀ ਹੈ। ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਦਮਨਵੀਰ ਸਿੰਘ ਜੀ ਫਲੌਰ ਸਾਹਿਬ, ਉਹ ਵੀ ਬਿਰਾਜਮਾਨ ਹੈ। ਧੀਰੇ ਨਿੱਜਰ ਹੋਣੀ ਕਹਿੰਦੇ ਬੈਠੇ ਸਾਡੇ ਵੀਰ ਸੈਕਰਾਮੈਂਟੋ ਦੇ ਵਿੱਚ ਆਨੰਦ ਮਾਣਦੇ ਹੈ, ਤੇ ਉਹਨਾਂ ਦੇ ਵੀਰ ਤਜਿੰਦਰ ਨਿੱਜਰ ਦਾ ਕਹਿੰਦੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਮੇਰੇ ਵੀਰੋ। ਗੁਰਜਿੰਦਰ ਸਿੰਘ ਜੀ ਭਤੀਜਾ ਤੇ ਨਾਲ ਸਾਡੇ ਦਲਵੀਰ ਸਿੰਘ ਜੀ ਮਾਲ, ਉਹਨਾਂ ਦਾ ਵੀ ਕਹਿੰਦੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਯੋਗਦਾਨ ਮੇਰੇ ਵੀਰੋ। ਤੇ ਉੱਧਰ ਇਕਬਾਲ ਸਿੰਘ ਜੀ, ਸਾਡੇ ਸਨ ਆਫ ਬਲਵਿੰਦਰ ਸਿੰਘ ਜੀ, ਕੋਆਪਰੇਟਿਵ ਸੁਸਾਇਟੀ ਮੰਗੇ ਕੀ ਦੇ ਜੋ ਪ੍ਰਧਾਨ ਨੇ, ਉਹਨਾਂ ਨੇ ਵੀ ਕਹਿੰਦੇ ਘਿਓ ਦੇ ਪੀਪੇ ਹੈ ਜਿਹੜੇ ਸਾਡੇ ਕੋਲ ਮੇਰੇ ਵੀਰੋ ਪੁੱਜ ਚੁੱਕੇ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਗੁਰਮੀਤ ਸਿੰਘ ਜੀ ਦਿੱਲੀ ਵਾਲੇ ਕਹਿੰਦੇ ਨਾਰਵੇ ਤੋਂ ਚੇਚੇ ਤੌਰ ਤੇ ਪੁੱਜੇ ਹੋਏ ਹੈ ਜਿਨ੍ਹਾਂ ਨੇ ਵੱਡੇ ਰਿਕਾਰਡ ਕਾਇਮ ਕੀਤੇ ਹੈ। ਗੁਰਦਿਆਲ ਸਿੰਘ ਪੱਡਾ, ਉਹਨਾਂ ਦੇ ਸਾਰੇ ਪਰਿਵਾਰ ਅਤੇ ਉਹਨਾਂ ਦੇ ਸਾਰੇ ਸਾਥੀਆਂ ਦੇ ਰਲ ਕੇ ਮੇਰੇ ਵੀਰੋ ਕਪੂਰਥਲੇ ਦੇ ਵਿੱਚ ਵੱਡੇ ਕੱਪ ਕਰਵਾ ਕੇ, ਆਹ ਮੈਚ ਸਿਰੇ ਦਾ ਮੈਚ ਹੈ, ਹੋਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਧਾਵੀ ਅਤੇ ਜਾਫੀਆਂ ਦਾ, ਜਿਹਨੂੰ ਏੜ ਗੇੜ ਕਹਿੰਦੇ ਧਾਵੀ ਅਤੇ ਜਾਫੀਆਂ ਦਾ, ਜਿਹਨੂੰ ਏੜ ਗੇੜ ਕਹਿੰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਕਰਤਾਰਪੁਰ ਜਲੰਧਰ ਦੀ ਧਰਤੀ। ਲਓ ਵੀ ਦਰਸ਼ਕ ਵੀਰੋ, ਜੇ ਅੱਜ ਦੇ ਮੈਚਾਂ ਦਾ ਦਿਲੋਂ ਸਵਾਦ ਆਇਆ ਤਾਂ ਤਾੜੀ ਮਾਰਿਓ, ਨਹੀਂ ਤਾੜੀ ਨਾ ਮਾਰਿਓ, ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਐਨ ਨਜ਼ਾਰਾ ਵੱਖਰਾ ਅੱਜ ਦੇ ਇਸ ਕਬੱਡੀ ਕੱਪ ਦਾ। ਜਿਹੜੀਆਂ ਟੀਮਾਂ ਪਾਰਟੀਸਪੇਟ ਕਰ ਚੁੱਕੀਆਂ ਹੈ, ਬਲਵੀਰ ਸਿੰਘ ਜੀ ਬਿੱਟੂ ਤੋਂ ਆਪਣਾ ਪਾਰਟੀਸਪੇਟ ਜਿਹੜਾ ਪ੍ਰਾਪਤ ਕਰ ਲੈਣ, ਖਜ਼ਾਨਾ ਮੰਤਰੀ ਸਾਡੇ ਜਸਵੀਰ ਸਿੰਘ ਜੀ ਧਨੋਆ ਸਾਹਿਬ ਵੀ ਕਹਿੰਦੇ ਅੱਜ ਪੁੱਜੇ ਹੋਏ ਹੈ, ਜਾਂ ਤੇ ਕਾਲੇ ਸਿੰਘਾਂ ਦੇ ਵਿੱਚ ਦਰਸ਼ਨ ਹੋਏ ਤੇ ਜਾਂ ਫਿਰ ਅੱਜ ਇਸ ਕਰਤਾਰਪੁਰ ਦੀ ਧਰਤੀ ਦੇ ਮੇਰੇ ਵੀਰੋ ਜਿਹੜੇ ਦਰਸ਼ਨ ਹੋ ਰਹੇ ਹੈ। ਸਰਦਾਰ ਜਗਰੂਪ ਸਿੰਘ ਜੀ ਚੋਲਾ, ਚੋਲਾ ਸਾਹਿਬ ਦੀ ਧਰਤੀ ਹੈ ਜਿਹੜੀ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨਾਂ ਦੀ ਸ਼ੋਭ ਪ੍ਰਾਪਤ ਧਰਤੀ ਹੈ, ਔਰ ਸਰਦਾਰ ਜਗਰੂਪ ਸਿੰਘ ਉਹਨਾਂ ਦਾ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਯੋਗਦਾਨ। ਮੇਜਰ ਹਿੰਦੁਸਤਾਨੀ ਇਸ ਮੈਚ ਤੋਂ ਬਾਅਦ, ਉਹ ਵੀ ਸਾਡਾ ਵੀਰ, ਲੈ ਵੀ ਵੀਰੇ ਉਹਨਾਂ ਨੇ ਆਪ ਹੀ ਲੈ ਲੈਣਾ ਪਾਰਟੀਸਪੇਟ, ਜਿਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਗੋਪਾਲਪੁਰ ਵਾਲੇ ਪਹੁੰਚੇ ਹੈ, ਸਰਦਾਰ ਸੁਰਿੰਦਰ ਸਿੰਘ ਜੀ ਹੇਲਰ ਸਾਹਿਬ ਇਕਬਾਲ ਦੇ ਨਾਨਾ ਜੀ ਪਹੁੰਚੇ ਹੈ, ਜਿਹਨਾਂ ਵੱਲੋਂ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਦੇਸੀ ਘਿਓ ਦੇ ਪੀਪੇ ਦਿੱਤੇ ਜਾ ਰਹੇ ਹੈ। ਅਸੀਂ ਇਕਬਾਲ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਹਾਂ ਜਿਹਨਾਂ ਵੱਲੋਂ ਦੇਸੀ ਘਿਓ ਦੇ ਪੀਪੇ ਜਾ ਰਹੇ ਹੈ ਦਿੱਤੇ ਜਾ ਰਹੇ ਹੈ। ਸਾਡੇ ਜੋਨੀ ਨਿੱਜਰ ਸਾਹਿਬ, ਸਰਦਾਰ ਤਜਿੰਦਰ ਸਿੰਘ ਨਿੱਜਰ ਦੇ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ, ਇੰਗਲੈਂਡ ਤੋਂ ਪਹੁੰਚੇ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਹਾਂ। ਸਰਦਾਰ ਬਲਵਿੰਦਰ ਸਿੰਘ ਜੀ ਰਾਏ ਸਾਹਿਬ ਕਲੀਅਰ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਪਲੀਜ਼ ਜਿਹੜਾ ਕਲੀ ਗਰਾਊਂਡ ਦੇ ਵਿੱਚ ਪਾ ਰਿਹਾ ਉਹਨੂੰ ਬੇਨਤੀ ਹੈ ਵੀ ਮੇਰੇ ਵੀਰ ਨੂੰ ਸੇਵਾਦਾਰ ਨੂੰ ਵੀ ਉਹ ਗਰਾਊਂਡ ਦੇ ਵਿੱਚ ਕਲੀ ਜਿਹੜੀ ਜ਼ਰੂਰ ਪਾ ਦੇਵੇ। ਕਿੱਡੇ ਭਾਜੀ ਪਵੀ ਭਾਜੀ ਇਹ ਕਲੀ ਪਵਾਓ। ਸਾਡੇ ਗਗਨ ਨਾਗਰੇ ਦੇ ਫਾਦਰ ਸਾਹਿਬ ਇੰਦਰਜੀਤ ਸਿੰਘ ਜੀ ਨਾਗਰਾ ਜਲੰਧਰ ਤੋਂ ਪਹੁੰਚੇ ਹੈ, ਕਾਲਾ ਨਾਗਰਾ ਪਹੁੰਚੇ ਹੈ, ਤਜਿੰਦਰ ਬਾਈ ਦੇ ਵੀਰ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦੇ, ਥੈਂਕ ਯੂ।
ਲਓ ਮੇਰੇ ਪੰਜਾਬੀ ਵੀਰੋ ਮੁੱਖ ਮੰਚ ਵਾਲੀ ਸਾਈਡ ਜਿਹੜੀ ਟੀਮ ਹੈ ਉਹ ਪਹੁੰਚ ਚੁੱਕੀ ਹੈ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਤੇ ਦੂਸਰੇ ਪਾਸੇ ਸੜਕ ਵਾਲੀ ਸਾਈਡ ਜੋ ਟੀਮ ਹੈ ਉਹ ਟੀਮ ਰਾਇਲ ਕਿੰਗ ਯੂਐਸਏ ਪਹਿਲੀ ਕਬੱਡੀ ਕਹਿੰਦੇ ਰੁੜਕੀ ਵਾਲੇ ਬਾਰੂ ਦੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਖੀਰਾਂ ਵਾਲੀ ਹੈ ਤਾਰੀ ਖੀਰਾਂ ਵਾਲੀ ਹੈ ਸਿੱਪੀ ਤਿਆਰ ਹੈ ਭਲਵਾਨ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਜਿੱਥੋਂ ਦਾ ਅਰਸ਼ ਔਰ ਪੁਆਇੰਟ ਜਿਹੜਾ ਇਸ ਵੇਲੇ ਰੁੜਕੀ ਵਾਲਾ ਬਾਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸ਼ੀਰੇ ਦਾ ਕਹਿੰਦੇ ਬਾਲਿਆਂ ਵਾਲੀ ਪਿੰਡ ਹੈ ਜ਼ਿਲ੍ਹੇ ਬਠਿੰਡੇ ਦੇ ਵਿੱਚ ਮੇਰੇ ਵੀਰੋ ਲਓ ਸਾਹਮਣੇ ਨੌਜਵਾਨ ਗੱਭਰੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਸ਼ੀਰਾ ਬਾਲਿਆਂ ਵਾਲੀ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਰੁੜਕੀ ਵਾਲੇ ਸੋਹਣ ਨੇ ਪਹਿਲੇ ਮੈਚ ਦੇ ਵਿੱਚ 5 ਜੱਫੇ ਲਾ ਕੇ ਦਰਸ਼ਕਾਂ ਦਾ ਕਹਿੰਦੇ ਦਿਲ ਜਿੱਤ ਲਿਆ ਤੇ ਆਹ ਮੈਚ ਦੇ ਵਿੱਚ ਦੇਖਦੇ ਵੀ ਕਿਹੋ ਜਿਹੀ ਪਰਫਾਰਮੈਂਸ ਰਹੇਗੀ ਲਓ ਰੁੜਕੀ ਵਾਲਾ ਸੋਹਣ ਵਾਹ ਓਏ ਗੱਭਰੂਆ ਇਹ ਆ ਸਟੀਲ ਮੈਨ ਆਫ ਕਬੱਡੀ ਸੋਹਣ ਰੁੜਕੀ ਵਾਲਾ ਵਾਹ ਫਲੌਰ ਸਾਹਿਬ 2.5 ਲੱਖ ਦਾ ਜੱਫਾ ਲਾਉਣ ਵਾਲਾ ਮੁੰਡਾ ਇਹਦਾ 82 ਕਿਲੋ ਭਾਰ ਹੈ ਤੇ ਇਹਨੇ ਕੁਇੰਟਲਾਂ ਦੇ ਗੱਭਰੂਆਂ ਨੂੰ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਹੈ ਇਹਨੂੰ ਸਟੀਲ ਮੈਨ ਕਹਿੰਦੇ ਹੈ ਇਹ ਆ ਰੁੜਕੀ ਵਾਲਾ ਉਹ ਸੋਹਣ ਦੇ ਜੱਫੇ ਦਾ ਨਜ਼ਾਰਾ ਆਇਆ ਤੇ ਤਾੜੀ ਜ਼ੋਰਦਾਰ ਮਾਰ ਦਿਓ ਕਰਤਾਰਪੁਰ ਵਾਲਿਓ ਲਓ ਖੇਡ ਮੈਦਾਨ ਦੇ ਵਿੱਚ ਰਾਣੀ ਵਾਲੀ ਆ ਕੋਨੀ ਇਹ ਹੈ ਕਬੱਡੀ ਦਾ ਜਾਦੂਗਰ ਮੇਰੇ ਵੀਰੋ ਇਹਨੇ ਕਬੱਡੀ ਬੜੀ ਪੜ੍ਹੀ ਹੋਈ ਹੈ ਆਪਣੀ ਟੀਮ ਦੇ ਲਈ 1 ਲੱਖਾਂ ਜੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਨੌਜਵਾਨ ਨਿਰਵੈਰ ਸਿੰਘ ਕੋਨੀ ਰਾਣੀ ਵਾਲੀ ਆ ਸ਼ਾਮੀ ਖੀਰਾਂ ਵਾਲੀ ਆ ਗੁਰਮੀਤ ਦਿੱਲੀ ਵੀ ਕਹਿੰਦੇ ਪੁੱਜਿਆ ਹੋਇਆ ਨਾਰਵੇ ਦੀ ਧਰਤੀ ਤੋਂ ਮੇਰੇ ਵੀਰੋ ਵੱਡੇ ਮਾਨ ਸਨਮਾਨ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਕਰ ਰਿਹਾ ਬਹੁਤ ਬਹੁਤ ਧੰਨਵਾਦ ਤਜਿੰਦਰ ਨਿੱਜਰ ਨੂੰ ਉਹਦੇ ਸਾਰੇ ਸਾਥੀਆਂ ਨੂੰ ਅੱਜ 1 ਲੱਖ ਵਾਰ ਮੁਬਾਰਕਬਾਦ ਹੈ ਮੇਰੇ ਵੀਰੋ ਵੱਡੇ ਕੱਪ ਦੀ ਤੇ ਦੂਜੇ ਪਾਸੇ ਬਿੱਟੂਪੁਰ ਹੀਰਾਂ ਵਾਲਾ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਇਸ ਵੇਲੇ ਮੇਰੇ ਵੀਰੋ ਰਾਇਲ ਕਿੰਗ ਯੂਐਸਏ ਸੱਭੇ ਥਿਆੜੇ ਦੀ ਟੀਮ ਦੇ ਲਈ ਸੱਭਾ ਥਿਆੜਾ ਕਹਿੰਦੇ ਇਕੱਲਾ ਇਸ ਟੀਮ ਨੂੰ ਸਪੌਂਸਰ ਕਰਦਾ ਮੇਰੇ ਵੀਰੋ ਵੱਡੀ ਦੇਣ ਹੈ ਹਰਖੋਵਾਲ ਦੇ ਰੂਪੀ ਉਹਨਾਂ ਦੀ ਸੇਠੀ ਉਹਨਾਂ ਦੀ ਉਹਨਾਂ ਦੇ ਚਾਚੇ ਦੀ ਟੀਮ ਕਹਿੰਦੇ ਖੇਡ ਮੈਦਾਨ ਦੇ ਵਿੱਚ ਖੇਡ ਰਹੀ ਹੈ ਤੇ ਵੇਖਣਾ ਅਵਤਾਰ ਬਾਜਵਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁਆਇੰਟ ਇਸ ਵੇਲੇ ਮੇਰੇ ਵੀਰੋ ਧਾਵੀ ਦੇ ਹਿੱਸੇ ਜੁੜਦਾ ਹੋਇਆ ਉਧਰ ਸਾਡੇ ਬਲਵੀਰ ਸਿੰਘ ਯੂਕੇ ਡਰਬੀ ਕਬੱਡੀ ਕਲੱਬ ਵਾਲੇ ਮੇਨ ਸਪੌਂਸਰ ਹੈ ਮੇਰੇ ਵੀਰੋ ਬੇਰੀਆ ਕਬੱਡੀ ਕਲੱਬ ਮੇਨ ਸਪੌਂਸਰ ਹੈ ਗੁਰਮੰਗਲ ਦਾਸ ਸੋਨੀ ਜੀ ਪ੍ਰਧਾਨ ਨੇ ਸਾਡੇ ਟੋਨੀ ਸੰਧੂ ਜੀ ਮੁੱਖ ਸਰਪ੍ਰਸਤ ਨੇ ਕਹਿੰਦੇ ਜਿੱਥੇ YFC ਦੇ ਤੇ ਉੱਥੇ ਨਾਲ ਹੀ ਬਾਬਾ ਭਾਈ ਸਾਧੂ ਕਬੱਡੀ ਕਲੱਬ ਦੇ ਬਹੁਤ ਬਹੁਤ ਧੰਨਵਾਦ ਸਾਰੀਆਂ ਮਾਣਯੋਗ ਸ਼ਖਸੀਅਤਾਂ ਦਾ ਲਓ ਕੈਰੋਂ ਵਾਲਾ ਗੋਪੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾ ਰਿਹਾ ਸੋਹਣ ਆਓ ਵਾਹ ਬੱਲੇ ਬੱਲੇ ਹੋ ਗਈ ਮਿੱਤਰੋ ਸੋਹਣ ਰੁੜਕੀ ਵਾਲਾ ਸੋਹਣ ਰੁੜਕੀ ਦਾ ਦੂਜਾ ਜੱਫਾ ਇਸ ਮੈਚ ਦਾ 500 ਗੁਰਮੀਤ ਦਿੱਲੀ ਵੱਲੋਂ ਹੈ ਮੇਰੇ ਵੀਰੋ ਇਸ ਨੌਜਵਾਨ ਰੁੜਕੀ ਵਾਲੇ ਸੋਹਣ ਦੇ ਲਈ 500 ਰੁਪਈਆ ਅਵਤਾਰ ਸਿੰਘ ਜੀ ਸ਼ੇਰਗਲ ਤੇ ਮੋਹਨ ਸਿੰਘ ਜੀ ਕੰਡੋਲਾ ਯੂਕੇ ਵਾਲੇ ਲਓ ਵੀ ਇਹ ਨਿੱਜਰ 1 ਲੱਖ ਰੁਪਈਆ ਮੇਰੇ ਵੀਰੋ ਇਸ ਟੂਰਨਾਮੈਂਟ ਦੇ ਲਈ ਆਇਆ ਤੇ ਮੈਨੂੰ ਲੱਗਦਾ ਪੈਸੇ ਕਿਹਦੇ ਲਈ ਆਇਆ ਜੀ ਇਹ ਸੋਹਣ ਵਾਸਤੇ ਆਇਆ 1000 ਰੁਪਈਆ ਕੀ ਬਾਤ ਸ਼ਹੀਦ ਬਾਬਾ ਦੀਪ ਸਿੰਘ ਸੈਕਰੋਮੈਂਟ ਅਮਰੀਕਾ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ 1000 ਰੁਪਈਆ ਪੰਮਾ ਲੱਦੜ ਜੀ ਮੇਰੇ ਵੀਰੋ ਧੀਰੇ ਨਿੱਜਰ ਹੋਣਾ ਦੇ ਯਾਰ ਨੇ ਉਹਨਾਂ ਵੱਲੋਂ 1000 ਰੁਪਈਆ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਸੈਕਰਾਮੈਂਟੋ ਦੇ ਨਾਂ ਤੇ ਲਓ ਬਦਨੀ ਵਾਲਾ ਪਿੰਦਰੀ ਮੇਰੇ ਵੀਰੋ ਜਿੱਥੋਂ ਦਾ ਰਾਜ ਬਦਨੀ ਹੈ ਚੱਠਾ ਸਾਹਿਬ ਦੇ ਨਾਲ ਬੜਾ ਪਿਆਰ ਹੈ ਰਾਜ ਬਦਨੀ ਦਾ ਲਓ ਵੇਖਦਾ ਨੌਜਵਾਨ ਮੇਰੇ ਵੀਰੋ ਇਹ ਪਿੰਦਰੀ ਬਦਨੀ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਛੋਟੀ ਬਦਨੀ ਵੱਡੀ ਬਦਨੀ ਕਹਿੰਦੇ ਗੱਲਾਂ ਹੁੰਦੀਆਂ ਰਾਜ ਉਹਨਾਂ ਦੀਆਂ ਚੀਪੇ ਬਦਨੀ ਦੀਆਂ ਗੱਲਾਂ ਹੁੰਦੀਆਂ ਲਓ ਸਾਹਮਣੇ ਮੇਰੇ ਵੀਰੋ ਅਗਲੀ ਰੇਡ ਰੁੜਕੀ ਵਾਲਾ ਮਾਰੂ ਹੈ ਟਿੱਬੇ ਵਾਲਾ ਤਿਆਰ ਹੈ 2 ਨੰਬਰ ਤੋਂ ਕਮਲ ਮੇਰੇ ਵੀਰੋ ਪਰ ਵੇਖਦਾ ਵੀ ਪੁਆਇੰਟ ਜਿਹੜਾ ਹੈ ਰੁੜਕੀ ਵਾਲਾ ਬਾਰੂ ਇਸ ਵੇਲੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇਹ ਸੈਕਿੰਡ ਸੈਮੀ ਫਾਈਨਲ ਹੈ ਇਸ ਤੋਂ ਬਾਅਦ ਬਲਵੀਰ ਬਿੱਟੂ ਜੀ ਮੈਚ ਤੇ ਨਹੀਂ ਕੋਈ ਇਹ ਮੇਜਰ ਹਿੰਦੁਸਤਾਨੀ ਦਾ ਮੈਚ ਹੈ ਹਾਂ ਉਹਦੇ ਭਲਾ ਦੀ ਆਪਾਂ 2 ਗਾਣੇ ਲਵਾ ਲਈਏ ਤੇ ਉਸ ਤੋਂ ਬਾਅਦ ਫਾਈਨਲ ਲਓ ਅੱਜ ਦੇ ਦਿਨ ਦਾ ਇਹ ਸੈਮੀ ਫਾਈਨਲ ਹੈ ਲਓ ਮਿੱਠੂ ਚੱਕ ਦੇਸ ਰਾਜ ਵਾਲਾ ਮੇਰੇ ਵੀਰੋ ਕਰਦਾ ਹੋਇਆ ਕੋਸ਼ਿਸ਼ ਬਾਲਿਆਂ ਵਾਲੀ ਦਾ ਸ਼ੀਰਾ ਤੇ ਪੁਆਇੰਟ ਜਿਹੜਾ ਹੈ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੈ ਪੁਆਇੰਟ ਇਸ ਵੇਲੇ ਰੇਡਰ ਦਾ ਗੁਰਪ੍ਰੀਤ ਸਿੰਘ ਜੀ ਕੰਗ
जीवन सिंह जी कल्याण चेयरमैन, परमिंदर पाल सिंह जी गोल्डी, पवी सराय किंदा मंड सरपंच ते जसप्रीत गिल उहनां दा असीं बहुत बहुत धन्नवाद करदे हां। वड्डी देण है अज दे इस कबड्डी कप नूं करवाउण दे लई। मेरे बहुत ही सत्कारयोग सरदार अवतार सिंह जी शेरगिल साहब ते साडे मोहन सिंह जी कदोला साहब धीरे निजर दा बहुत माण करदे आ, जिन्हां वल्लों अज दे कबड्डी कप नूं बहुत वड्डी देण है। असीं सरदार मोहन सिंह जी कदोला दा ते सरदार अवतार सिंह जी शेरगिल साहब दा बहुत बहुत धन्नवाद रखते हैं। सरदार सुरजन सिंह चट्ठा साहब जी वालों जिन्होंने इस कबड्डी कप नूं बहुत वड्डी देन दित्ती है। थैंक यू। शीरे पिथोवाले दा जफा इस वेले खेड मैदान दे विच लग चुके है। जिहड़े खिडारी पाणी पींदे आ ना उहनां नूं बेनती है भी जिहड़े खाली गिलास हुंदे आपां ग्राउंड दे विच ना सिटीए ते बड़ी वधिया गल है, क्योंकि ग्राउंड बड़ी पवित्र है। आपां इहनां नूं बाहरले पासे सुट दईए जी। बड़ी मेहनत बेनती है, तीर्थ एक प्लेयर की जिम्मेवारी ला दी, प्लीज अपनी ग्राउंड इन आप थोड़ा क्लीयर कर दी, बड़ी मेहरबानी होगी। आओ सामने, बहुत बहुत धन्यवाद साढ़े वीर जी। इधर खालसा जी है, लो सिरे का मैच है मेरे वीरों। मैनू लगता भी मैच जिहड़ा बरोबरी ते चल रहा मेरे वीरों। लो गोपी कैरों वाला माझे की धरती का मझैल इस वेले खेड मैदान कबड्डी पाने के लिए वाधा होया। वड्डा कट्ठ है, सवेर तो लैके संगत जुड़ी हुई है करतारपुर के इस कबड्डी कप दे नाल। चट्ठा साहब हुण ते 500 बनदा ही है, सोण रुड़की वाले दा है। लो इस वेले मेरे वीरो ए है सोण रुड़की वाला, ओ नियारा आया के नहीं। लो वी ए 500 रुपया एक होर आ गया सोण रुड़की वास्ते। सरदार गुरजिंदर सिंह जी भतीजे जी वालों 500 रुपया। ਗੁਰਦਰ ਸਿੰਘ ਨੇ ਵਧੀਆ ਜਿਹਾ ਫਲਾ ਤੇ ਦਲਵੀਰ ਸਿੰਘ ਜੀ ਮਾਲ ਉਹਨਾਂ ਵੱਲੋਂ ਕਹਿੰਦੇ 500 ਰੁਪਇਆ ਆਇਆ ਸੋਹਣ ਰੁੜਕੀ ਵਾਲੇ ਦੇ ਇਸ ਜੱਫੇ ਤੋਂ ਖੁਸ਼ ਹੋ ਕੇ। ਲਓ ਕਮਲ ਟਿੱਬਾ ਤੇ ਦੂਜੇ ਪਾਸੇ ਪੰਚਾ ਵਾਲਾ ਨਿੱਕੂ ਟੱਕਿਆ ਜਾਊ ਕਿ ਨਹੀਂ ਇਸ ਵੇਲੇ ਸਮੇਂ ਦੀ ਗੱਲ। ਤਾੜੀਆਂ ਜ਼ੋਰਦਾਰ ਮਾਰ ਦਿਓ, ਚੱਪਾ 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 ਚਰਖਾ ਚੱਲਣ ਵਾਲੀ ਗੱਲ ਹੋਈ ਪਈ ਹੈ। ਵਾਹ ਵਾਹ, ਸੋਹਣੀ ਖੇਡ ਕਬੱਡੀ ਦੀ ਰਫਤਾਰ ਜੋ ਯਾਰੋ ਗੱਡੀ ਦੀ, ਵਾਹ ਸੋਹਣੀ ਖੇਡ ਕਬੱਡੀ ਦੀ। ਲਓ ਇਹ ਹੈ ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਸਿਰੇ ਦੀ ਕਬੱਡੀ ਮੇਰੇ ਵੀਰੋ। ਅੱਜ ਪਹਿਲਾ ਗੋਲਡ ਕਬੱਡੀ ਕੱਪ ਕਹਿੰਦੇ ਫਲੌਰ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਹੋ ਰਿਹਾ ਤੇ ਪਹਿਲੇ ਕੱਪ ਤੇ ਕਹਿੰਦੇ ਸਿਰੇ ਦੀਆਂ ਟੀਮਾਂ ਪੁੱਜੀਆਂ ਤੇ ਅਗਲੇ ਸਾਲ ਅਨਾਊਂਸ ਹੋ ਚੁੱਕਿਆ ਵੀ ਜਿਹੜੇ ਖਿਡਾਰੀ ਆਉਣਗੇ ਬੈਸਟ ਹੋਣਗੇ, ਬੈਸਟ ਰੇਟ ਤੇ ਜਾਫੀ ਨੂੰ ਬੁਲਟ ਦਿੱਤੇ ਜਾਣਗੇ ਰੋਇਲ ਇਨਫੀਲਡ ਪਿੱਥੋਂ ਵਾਲਾ ਸ਼ੀਰਾ। ਉਹ ਲਓ ਪੁਆਇੰਟ ਇਸ ਵੇਲੇ ਪਿੰਦਰੀ ਬੱਧਰੀ ਵਾਲਾ ਤੇ ਹਰਪਿੰਦਰ। ਆ ਜਿਹੜੇ ਬੋਲਟ ਮੋਟਰਸਾਈਕਲ ਦੇਣੇ ਆ ਤੇ ਸਾਡਾ ਗੁਰਦੀਪ ਸਿੰਘ ਜੀ ਬਾਈਆ ਸਾਹਿਬ, ਇਹ ਬਾਈਆ ਸਾਹਿਬ, ਬਾਈਆ ਸਾਹਿਬ ਹਰਪਿੰਦਰ ਭਾਜੀ, ਹਰਪਿੰਦਰਪਾਲ ਜੀ ਇਹਨਾਂ ਨੂੰ ਗਰਾਊਂਡ 'ਚ ਲੈ ਕੇ ਜਾਇਓ। ਇਹ ਬੋਲਟ ਮੋਟਰਸਾਈਕਲ ਹੈ 2.5 ਲੱਖ ਦੇ। ਬਾਈਆ ਸਾਹਿਬ ਤਾੜੀਆਂ ਜ਼ੋਰਦਾਰ ਮਾਰ ਦੋ ਬੋਲੇ ਜਿਹੜੇ ਖਾਲੀ ਗਲਾਸ ਸੀ ਨਾ ਇਹ ਹੁੰਦੀ ਆ ਕਬੱਡੀ ਨੂੰ ਚਾਹਣ ਵਾਲਿਆਂ ਦੀ ਗੱਲ, ਕੋਈ ਆਪਣਾ ਅਹੁਦਾ ਨਹੀਂ ਵੇਖਿਆ, ਕੋਈ ਇਹ ਨਹੀਂ ਵੇਖਿਆ ਵੀ ਮੈਂ ਗਾਂ ਨੂੰ 2.5 ਲੱਖ ਦੇ ਮੋਟਰਸਾਈਕਲ ਦੇਣੇ ਆ ਮੈਂ ਕਿਉਂ ਗਲਾਸ ਚੱਕਾਂ। ਇਹ ਪਲੇਅਰਾਂ ਦੇ ਜੂਠੇ ਗਲਾਸ ਵੀ ਚੱਕੇ ਆ। ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਅਗਲੇ ਸਾਲ ਬੁਲਟ ਮੋਟਰਸਾਈਕਲਾਂ ਦਾ ਜਿਹੜਾ ਬਾਈਆ ਸਾਹਿਬ ਇਹ ਤੁਹਾਡਾ ਬੜੱਪਣ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਮਾਂ ਖੇਡ ਕਬੱਡੀ ਦੇ ਸ਼ਦਾਈ ਹੋ, ਆਸ਼ਿਕ ਹੋ। ਆਓ ਹਾਂਜੀ, ਕਮੇਟੀ ਵੱਲੋਂ ਸਨਮਾਨ ਵੀ ਇਹਨਾਂ ਦਾ ਇਸੇ ਕਰਕੇ ਹੋਣਾ ਵੀ ਜਿੰਨੇ ਮਾਣ ਸਤਿਕਾਰ ਨੇ ਇਹਨਾਂ ਨੇ ਸੇਵਾ ਕੀਤੀ ਆ, ਕਿਸੇ ਹੋਰ ਮੈਂਬਰ ਨੇ ਨਹੀਂ ਕੀਤੀ। ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲਓ, ਇਹ ਕਰਤਾਰਪੁਰ ਦੀ ਧਰਤੀ ਹੈ, ਛੇਵੇਂ ਪਾਤਸ਼ਾਹ ਦੀ ਚਰਨਾਂ ਦੀ ਸ਼ੋਭ ਪ੍ਰਾਪਤ ਧਰਤੀ ਮੇਰੇ ਵੀਰੋ। ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਦੋ ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਲਓ ਸਾਹਮਣੇ ਕਬੱਡੀ ਮੇਰੇ ਵੀਰੋ। ਓ ਬਾ ਓ ਗੱਭਰੂਆ, ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਹੈ, ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ, ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ। ਗੁਰਮੀਤ ਦਿੱਲੀ ਵੱਲੋਂ 500 ਹੈ, ਉਹ ਨਜ਼ਾਰਾ ਆਇਆ ਕਿ ਨਹੀਂ ਸੋਹਣ ਦੇ ਜੱਫੇ ਦਾ। ਤਾੜੀ ਮਾਰਿਆ ਕਰੋ ਫਿਰ ਸਵਾਦ ਫੇਰ ਹੀ ਆਉਂਦਾ ਹੈ। ਲਓ ਮੇਰੇ ਭਾਈ ਗਗਨਦੀਪ ਸਿੰਘ ਜੀ,
ਸਾਡੇ ਚੱਕਰਾਲੇ ਵਾਲੇ ਇਹ 500 ਰੁਪਈਆ ਸੌਣ ਰੋਟਕੀ ਵਾਸਤੇ ਮਾਨ ਭੇਜਦੇ ਆ। ਆਹ ਲੈ ਕੇ ਜਾ ਬਿੰਦੂ, ਇਹ ਗਗਨਦੀਪ ਸਿੰਘ ਜੀ ਚੱਕਰਾਲਾ ਤੇ 500 ਰੁਪਈਆ ਕਿਤੇ ਕਲੀਅਰ, ਤੇਰੇ ਬੋਲਾਂ ਦਾ ਮਾਣ ਹੈ ਸਾਡੇ ਗਗਨਦੀਪ ਸਿੰਘ ਜੀ ਚੱਕਰਾਲਾ। ਥੈਂਕ ਯੂ ਭਈਆ ਸਾਹਿਬ ਨੇ ਵੀ ਮਾਣ ਕੀਤਾ ਇਹਨਾਂ ਬੋਲਾਂ ਦਾ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਮੇਰੇ ਵੀਰਿਓ ਅਗਲੀ ਰੇਡ, ਕਹਿੰਦੇ ਸ਼ਾਮੀ ਆ ਖੀਰਾਂ ਵਾਲੀ ਆ, ਗੱਗੀ ਵੀ ਪੁੱਜਿਆ ਹੋਇਆ ਕਬੱਡੀ ਦਾ ਵੱਡਾ ਮੱਲ। ਲਓ ਸਾਹਮਣੇ ਵੇਖਦਾ ਬਈ ਸ਼ਾਮੀ ਖੀਰਾਂ ਵਾਲ ਦੀ ਧਰਤੀ ਦਾ, ਤੇ ਦੂਜੇ ਪਾਸੇ ਕੌਣ ਨੌਜਵਾਨ ਭਲਵਾਨ, ਕਿਹੜੇ ਪਿੰਡ ਦਾ ਵੀ ਦੱਸੀ ਨੌਜਵਾਨ ਹੈ। ਇਹ ਆ ਪੰਨਵਾਂ ਵਾਲਾ ਭਲਵਾਨ, ਸਿਰੇ ਦਾ ਮੁਕਾਬਲਾ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਖੇਡਿਆ ਜਾ ਰਿਹਾ। ਜਿਹੜੀ ਟੀਮ ਜਿੱਤੂ ਕਹਿੰਦੇ ਫਾਈਨਲ ਦੇ ਵਿੱਚ ਸਿੱਧਾ ਪ੍ਰਵੇਸ਼ ਕਰਦੀ ਹੈ, ਤੇ ਸੁੱਖੀ ਬਰਾੜ ਜੀ 1,01,000 ਨੂੰ ਸਿੱਧਾ ਕਹਿੰਦੇ ਹੱਥ ਪੈਂਦਾ। ਵੇਖਦਾ ਵੀ 1,51,000 ਤੇ 1,01,000 ਦੀ ਗੱਲ ਹੈ। ਲਓ ਅਵਤਾਰ ਬਾਜਵਾ ਤੇ ਸਿੱਪੀ, ਵਾਹ ਖੀਰਾਂ ਵਾਲੀ ਆ ਸਿੱਪੀ ਤੇ ਅਵਤਾਰ ਬਜਵਾ ਮੇਰੇ ਵੀਰੋ ਕਬੱਡੀ ਪਾ ਕੇ ਭਾਣ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੀ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ। ਨਿੰਦੀ ਔਜਲਾ ਵੀ ਕਹਿੰਦੇ ਤੱਕ ਰਿਹਾ, ਨਾਲ ਪਿਆਰਾ ਸਿੰਘ ਜੀ ਗੁਮਟਾਲਾ ਤੱਕ ਰਿਹਾ ਅੱਜ ਦੇ ਇਸ ਕਬੱਡੀ ਕੱਪ ਨੂੰ। ਇੰਗਲੈਂਡ ਤੋਂ ਕਹਿੰਦੇ ਚੱਠਾ ਸਾਹਿਬ ਦੇ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਇੱਕ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਫਾਸਟ ਵੇ ਚੈਨਲ ਤੇ ਲਾਈਵ ਵੀ ਸੋਹਣ ਰੁੜਕੀ। ਓਹੋ ਮੈਂ ਪਹਿਲਾਂ ਕਿਹਾ ਸੀ ਵੀ ਸਰੀਰ ਨਾ ਵੇਖਿਓ ਕਰਤੱਬ ਵੇਖਿਓ, ਤੇ ਸਾਡੇ ਵਧੀਆ ਲੱਗਿਆ ਤੇ ਤਾੜੀ ਜ਼ੋਰਦਾਰ ਮਾਰ ਦਿਓ। ਰੁਪਿੰਦਰ ਇੱਕ 500 ਰੁਪਈਆ ਹੋਰ ਆ ਗਿਆ ਮੇਰੇ ਕੋਲ ਸੌਣ ਰੁੜਕੀ ਦਾ। ਸੌਣ ਆਪਰੇਟਰ ਆਵਾਜ਼ ਤਾਂ ਕਰਦੇ ਹੀ ਯਾਰ। ਤਜਿੰਦਰ ਨਿੱਜਰ ਦੇ ਭਾਣਜੇ ਵੱਲੋਂ ਕਹਿੰਦੇ ਸੋਹਣ ਦੇ ਲਈ ਆਏ ਮਾਂ ਦੇ ਗੱਫੇ ਤੇ ਉੱਧਰ ਸੌਰਾ ਬਾਈ ਇਹ ਜਗਰੂਪ ਸਿੰਘ ਜੀ ਚੱਲ 500 ਰੁਪਈਆ ਸੌਣ ਰੋਟਕੀ ਵਾਸਤੇ ਬਾਪੂ ਗਾਂਧੀ ਵਾਲੇ ਨੋਟ ਤੇ ਸਾਡੇ ਗੁਰਮੀਤ ਸਿੰਘ ਜੀ ਦਿੱਲੀ ਤੇ ਜੋਨੀ ਜਲੰਧਰ ਵਾਲਾ ਵੱਡਾ ਮਾਨ ਭੇਜਦੇ ਆ, ਬੋਲਾਂ ਦਾ ਸਤਿਕਾਰ ਭੇਜਦੇ ਆ। ਆਟੋਮੈਟਿਕ ਅਰਪਿੰਦਰ ਜਲਾਲ ਟੋਨੀ ਸੰਧੂ ਜੀ ਤੇ ਨਾਲ ਸਾਡੇ ਬਖਸ਼ੀਸ਼ ਸਿੰਘ ਜੀ ਕੰਗ ਸਟੋਰ ਦੇ ਮਾਲਕ ਹੈ, ਉਹਨਾਂ ਵੱਲੋਂ 500 ਰੁਪਈਆ ਕਹਿੰਦੇ ਰੁੜਕੀ ਵਾਲੇ ਸੋਹਣ ਦੇ ਜੱਫੇ ਤੇ ਆਇਆ। ਆ ਸਵਾਦ ਆ ਗਿਆ ਮੇਰੇ ਵੀਰੋ। ਅੱਜ ਦੂਜੇ ਪਾਸੇ ਭਲਵਾਨ ਪਿੰਦਰੀ ਬੱਧਨੀ ਵਾਲਾ ਲੈ ਵੀ ਨੌਜਵਾਨ ਪਿਆਰ ਦੇ ਨਾਲ ਖੇਡ ਰਿਹਾ। ਸਰਦਾਰ ਦਲਜੀਤ ਸਿੰਘ ਜੀ ਸਰਪੰਚ ਟਾਲੀ ਸਾਹਿਬ ਵਾਲੇ ਪਹੁੰਚੇ ਆ, ਉਹਨਾਂ ਵੱਲੋਂ ਵੀ ਵੱਡਾ ਮਾਣ ਆ ਰਿਹਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ। ਸਰਦਾਰ ਦਲਜੀਤ ਸਿੰਘ ਜੀ ਸਰਪੰਚ ਟਾਲੀ ਸਾਹਿਬ। ਸ਼ਾਮ ਸੰਧੂਰੀ ਹੋ ਚੁੱਕੀ ਹੈ ਕਲੇਰ ਸਾਹਿਬ, ਹਾਂਜੀ ਮੌਸਮ ਵੀ ਜਿਹੜਾ ਥੋੜਾ ਠੰਡਾ ਹੋ ਚੁੱਕਿਆ ਹੈ, ਵੈਸੇ ਵੀ ਵਿਸਾਖੀ ਹੈ ਪਰ ਮੈਚ ਕਹਿੰਦੇ ਗਰਮ ਹੋ ਚੁੱਕੇ ਹੈ, ਮੌਸਮ ਠੰਡਾ ਹੈ ਹਾਂਜੀ ਪਰ ਮੈਚ ਗਰਮ ਹੈ। ਆਓ ਪਾਉਂਦਾ ਕਰਾਰੇ ਜੇ ਹੱਥ ਖੀਰਾਂ ਵਾਲੀ ਆ ਤਾਰੀ, ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ, ਪਰ ਵੇਖਦਾ ਵੀ ਬਾਰੂ ਰੁੜਕੀ ਵਾਲਾ ਮੇਰੇ ਵੀਰੇ ਕਬੱਡੀ ਪਾ ਕੇ ਭਾਣ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਸਿਰੇ ਦਾ ਮੈਚ ਖੇਡਿਆ ਜਾ ਰਿਹਾ, ਚੱਠਾ ਸਾਹਿਬ ਸਾਡੀ ਖੇਡ ਕਬੱਡੀ ਦਾ ਮਾਣ ਹੈ, ਔਰ ਕਹਿੰਦੇ ਚੱਠਾ ਸਾਹਿਬ ਦੇ ਵੀ ਵੱਡੇ ਰਿਕਾਰਡ ਨੇ, ਇਹ ਨਹੀਂ ਕਿਸੇ ਤੋਂ ਟੁੱਟਣੇ। ਤੇ ਦੂਜੇ ਪਾਸੇ ਵੇਖਦਾ ਮਿੱਠੂ ਚੱਕ ਦੇਸ ਰਾਜ ਵਾਲਾ ਤੇ ਨੌਜਵਾਨ ਸ਼ੀਰਾ ਬਾਲਿਆਂ ਵਾਲੀ।